ਹਾਲ ਹੈ? ਠੀਕ ਠਾਕ ਆ? ਹਾਂਜੀ ਹਾਂਜੀ ਡੈਡੀ ਵਧੀਆ। ਹੋਰ ਤੁਸੀਂ ਦੱਸੋ ਮੰਮੀ ਕਿਵੇਂ ਨੇਗੇ? ਹਾਂ ਹਾਂ ਪੁੱਤਰ ਠੀਕ ਠਾਕ ਆ, ਤੇਰੀ ਮੰਮੀ ਵੀ ਠੀਕ ਠਾਕ। ਹੋਰ ਪੁੱਤਰ ਕੀ ਕਰਦਾ? ਕੁਛ ਨਹੀਂ ਜੀ, ਬਸ ਮੈਂ ਤਾਂ ਕੰਮ ਤੋਂ ਆਇਆ ਸੀਗਾ ਹੁਣੀ। ਅੱਛਾ ਪੁੱਤਰ, ਰੋਟੀ ਟਾਈਮ ਨਾਲ ਖਾ ਲਿਆ ਕਰ। ਹਾਂਜੀ 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 ਹਾਂਜੀ। ਹੋਰ ਤੁਸੀਂ ਕੀ ਕਰਦੇ ਸੀਗੇ? ਪੁੱਤਰ ਕੁਛ ਨਹੀਂ, ਜੀਤੇ ਦੀ ਕੁੜੀ ਦਾ ਰਿਸ਼ਤਾ ਹੋਇਆ ਆਪਣੇ ਮਨਪ੍ਰੀਤ ਨੂੰ, ਮੈਂ ਤਾਂ ਉਧਰੋਂ ਆਇਆ। ਤੂੰ ਵੀ ਮੁਬਾਰਕਾਂ ਦੇ ਦੀ ਆਪਣੇ ਭਰਾ ਨੂੰ। ਪੁੱਤਰ ਮੈਂ ਤਾਂ ਐਂ ਕਹਿੰਦਾ ਸੀ, ਆਵਾਜ਼ ਨਹੀਂ ਆ ਰਹੀ, ਤੂੰ ਆ ਕਰ ਖਾਣਾ ਖਾ ਲੈ, ਆਪਾਂ ਗੱਲ ਬਾਅਦ 'ਚ ਕਰ ਲਾਂਗੇ। ਹਾਂ ਹਣੀ, ਨਹੀਂ ਮੈਂ ਤੇਰੀ ਗੱਲ ਕਰਾ ਤਾਂ ਦੇਊਂਗਾ, ਪਰ ਮੇਰਾ ਨਾਂ ਨਾ ਆ ਜੇ ਬਾਈ ਬਣ। ਨਾ 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 ਅੰਮ੍ਰਿਤ, ਮੇਰੀ ਗੱਲ ਸੁਣ ਬਾਈ, ਮੈਂ ਕਹਿ ਕੋਈ ਵੀ ਗੱਲ ਨਹੀਂ ਹੁੰਦੀ ਤੇਰੇ 'ਤੇ। ਹਾਂ ਬਈ ਵੀ ਬਾਈ ਮੈਂ ਤਾਂ ਕਰ ਰਿਹਾ ਹੈ ਨਾ, ਵੀ ਤੇਰੇ ਅਹਿਸਾਨ ਹੀ ਬਹੁਤ ਨੇ ਮੇਰੇ 'ਤੇ, ਹੈ ਨਾ। ਬਸ ਬਸ ਤੂੰ ਬਾਈ ਬਣ ਕੇ ਨਾ ਇੱਕ ਵਾਰ ਜਾ ਕੇ, ਬਸ ਇੱਕ ਵਾਰ ਜਾ ਕੇ ਉਹਦੇ ਨਾਲ ਮੇਰੀ ਗੱਲ ਕਰ ਦੇ ਮਾੜੀ ਜੀ, ਠੀਕ ਹੈ ਨਾ? ਮੈਂ ਲਾਸਟ ਵਾਰੀ ਗੱਲ ਕਰਨੀ ਬਾਈ ਵਰਕੇ ਉਹਦੇ ਨਾਲ। ਮੈਂ ਬਸ ਤੈਨੂੰ ਉਹਦੇ ਘਰ ਜਾ ਕੇ ਫੋਨ ਕਰਦਾ ਉਹਨਾਂ ਦੇ, ਅਤੇ ਤੂੰ ਬਾਈ ਬਣ ਕੇ ਆਪਦਾ ਫੋਨ ਉਹਦੇ ਕੋਲੇ ਰੱਖੀ। ਠੀਕ ਹੈ ਬਾਈ। ਹਾਂ ਉੱਥੇ ਟਾਈਮ ਘੱਟ ਹੋਊ। ਠੀਕ ਠੀਕ ਹੈ ਬਾਈ, ਠੀਕ ਹੈ ਜੀ, ਕਰਾ ਦੂੰ ਗੱਲ ਜਾ ਕੇ। ਹਾਂ ਗੱਲ ਕਰਾ ਦੂੰ। ਨਵੀ ਹੈਗਾ ਬਾਈ? ਬਾਕੀ ਭੈਣ ਨਾਲ ਗੱਲ ਕਰਵਾ ਦੇਣੇ ਹਨਾ, ਵੀ ਡਿਜ਼ਾਈਨ ਨੂੰ ਸਮਝਾ ਦੇਣਗੇ, ਇਹਨਾਂ ਨੇ ਦੇਖਣੇ ਨੇ ਨਾ, ਕੁੜੀ ਨੇ ਗੱਲ ਕਰਨੀ ਚਾਹੀਏ। ਹੈਲੋ ਹੈਲੋ ਹਾਂ ਕਮਲ, ਕਮਲ ਮੈਂ ਹਣੀ ਬੋਲਦਾ, ਪਲੀਜ਼ ਫੋਨ ਲੈ ਕੇ ਇੱਕ ਵਾਰ ਮੇਰੀ ਗੱਲ ਸੁਣ ਲੈ। ਸਤਿ ਸ਼੍ਰੀ ਅਕਾਲ ਦੀਦੀ। ਕਮਲ ਤਾਂ ਇੰਨਾ ਮਿਸਅੰਡਰਸਟੈਂਡਿੰਗ ਹੋ ਗਈ ਸਮਝਣ ਚ, ਜਿਹੜੀ ਕੁੜੀ ਨਾਲ ਉਦੋਂ ਗੱਲ ਕੀਤੀ ਸੀਗੀ ਉਹ ਕੁੜੀਆਂ ਮੇਰੇ ਨਾਲ ਸ਼ੇਅਰਿੰਗ 'ਚ ਰਹਿੰਦੀਆਂ ਨੇਗੀਆਂ, ਹੋਰ ਕੋਈ ਗੱਲਬਾਤ ਨਹੀਂ ਯਾਰ ਮੇਰੀ ਉਹਦੇ ਨਾਲ। ਅਤੇ ਬਾਕੀ ਯਾਰ ਗੱਲ ਮੈਂ ਤੇਰੇ ਨਾਲ ਤਾਂ ਕਰਕੇ ਨਹੀਂ ਕਰ ਸਕਿਆ ਕਿਉਂਕਿ ਤੇਰਾ ਫੋਨ ਹੀ ਬੰਦ ਸੀ ਯਾਰ ਇਹਨੇ ਨਾਲ, ਮੈਂ ਬਥੇਰੇ ਫੋਨ ਟਰਾਈ ਕੀਤੇ ਸੀ ਤੇਰਾ ਫੋਨ ਹੀ ਨਹੀਂ ਲੱਗਿਆ, ਮੈਂ ਕਰਦਾ ਕਿ ਤਾਂ ਕਰਕੇ ਹੁਣ ਮੈਂ ਇਹਦੇ ਨਾਲ ਗੱਲ ਕੀਤੀ ਅੰਮ੍ਰਿਤ ਨਾਲ। ਮੈਂ ਕਿਵੇਂ ਯਕੀਨ ਕਰਾਂ ਯਾਰ? ਯਕੀਨ ਯਾਰ ਯਾਰ ਜੇ ਮੈਂ ਧੋਖਾ ਦੇਣ ਨਹੀਂ ਹੁੰਦਾ ਕਮਲ, ਮੈਂ ਤੈਨੂੰ ਅੱਜ ਫੋਨ ਕਾਹਦਾ ਕਰਦਾ। ਮੇਰੀ ਗੱਲ ਸੁਣ ਯਾਰ, ਮੈਂ ਤੇਰੇ ਨਾਲ ਵਿਆਹ ਕਰਾਊਂਗਾ, ਠੀਕ ਆ ਨਾ? ਮੈਂ ਇੰਡੀਆ ਆ ਰਿਹਾ ਛੇਤੀ ਛੇਤੀ, ਠੀਕ ਆ? ਮੈਂ ਕੁਛ ਨਾ ਕੁਛ ਕਰਕੇ ਤੈਨੂੰ ਆਪੇ ਨਾਲ ਲੈ ਜੂ, ਠੀਕ ਆ? ਹਾਂ ਤੂੰ ਐਂ ਕਰ, ਬਸ ਤੂੰ ਤਿਆਰ ਰਹੀ, ਠੀਕ ਆ? ਮੈਂ ਜਿਵੇਂ ਤੈਨੂੰ ਸਮਝਾਇਆ ਸਾਰਾ ਕੁਛ ਉੱਦਾਂ ਹੀ ਕਰੀ। ਚਲੋ ਠੀਕ ਹੈ ਦੀਦੀ, ਤੁਸੀਂ ਆ ਜਿਓ, ਮੈਂ ਵੇਟ ਕਰੂੰਗੀ। ਹਾਂ ਠੀਕ ਆ, ਓਕੇ 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 ਬਾਏ।
ਚਾਹ ਲਿਆ ਦਿਨ ਵੀ ਬਹੁਤ ਚੜ ਗਿਆ ਜਾ ਕੇ ਧਾਰਾਂ ਧੁਰਾਂ ਕੱਢੀਏ ਹੋਰ ਜੀ ਕੀ ਹਾਲ ਹੈ ਪਰਿਵਾਰ ਠੀਕ ਠਾਕ ਹੈ ਹਾਂਜੀ ਹਾਂਜੀ ਫੋਟੋਆਂ ਪਹੁੰਚ ਗਿਆ ਸਾਡੇ ਕੋਲ ਬਹੁਤ ਪਿਆਰੀ ਬੱਚੀ ਹੈ ਹਾਂਜੀ ਇੱਕ ਮਿੰਟ ਸ਼ਗਨ ਦਾ ਕੰਮ ਕਰਨਾ ਕਰਨਾ ਹਾਂਜੀ ਆਪਾਂ ਫਿਰ ਅਗਲੇ ਹਫ਼ਤੇ ਰੱਖ ਲੈਂਦੇ ਹਾਂ ਹਾਂਜੀ ਚਲੋ ਠੀਕ ਹੈ ਜੀ ਚਲੋ ਸ਼ਗਨ ਦਾ ਹੁਣ ਹੋ ਜੂਗਾ ਫਿਰ ਵਿਆਹ ਦਾ ਕਿਵੇਂ ਕਰਾਂਗੇ ਨਾ ਵਿਆਹ ਦੀ ਆਪਾਂ ਨੂੰ ਕੀ ਕਾਹਲੀ ਹੈ ਆਪਾਂ ਸਾਲ ਡੇਢ ਸਾਲ ਹਜੇ ਠਹਿਰ ਕੇ ਕਰ ਲਾਂਗੇ ਚਲੋ ਫਿਰ ਹਨੀ ਨੂੰ ਤਾਂ ਤੁਸੀਂ ਫੋਟੋ ਭੇਜ ਦਿਓ ਕੋਈ ਨਾ ਫੋਟੋ ਤਾਂ ਮੈਂ ਭੇਜ ਦਿੰਦਾ ਵਿਆਹ ਤਾਂ ਆਪਾਂ ਨਹੀਂ ਕਰਨਾ चाड़गी जाना मैं आही तक डरदा थी ਸਰਦਾਰ ਨਹੀਂ ਹੁਣ ਤਾਂ ਫਿਰ ਨੂੰਹ ਵਾਲੀ ਹੋ ਜਾਏਗੀ ਜਦੋਂ ਮੇਰੀ ਮਾਂ ਮਰੀ ਹੈ ਇਹ ਮਰ ਗਈ ਹੁੰਦੀ ਨਾਲ ਘੱਟੋ ਘੱਟ ਰੋ ਕੇ ਸਬਰ ਤਾਂ ਕਰ ਲੈਂਦੇ
सत श्री अकाल जी मेरे सब नू। तो बई जी जे थोनों अपनी वीडियो वधिया लगी तो इहनू लाइक जरूर करियो, तो जे थोनों अपनी वीडियो का कोई सीन वधिया लग्या तो कमेंट करके मेरे जरूर दस्यो, क्योंकि मेरे साडा भी हौसला बनता है भी हाँ साडी कोई बनाई हुई चीज़ थोनों पसंद आउंदेगी। तो जे थोनों लगता भी साडी वीडियो देखण योग है गांह शेयर करन योग है तो इहनू शेयर जरूर करियो आपदे रिश्तेदारां च दोस्तां च तो सारे वीरे विखायो। तो जिहड़े जिहड़े पहले चार पार्ट देख चुके ने दसो जी पार्ट थोनों किवें लगे, स्टोरी पसंद आ रही है, कोई घाट वाध दसो जे कोई घाट वाध लगे थोनों। बाकी दूसरी गल इहदा अगला पार्ट आ रहा है अगले ऐतवार सवेरे 8 बजे अगला पार्ट आ रहा है अपने वीडियो का। बाकी जी रही गल सानू फोन बड़े आते हैं गे तो फोन आते हैं भाई वो कोई चक्कर नहीं फोन अच्छे चक लेना गलबात कर लेना, पर सानू इस गल के फोन बाले आते हैं भी हाँ जी भी अगली वीडियो कदों आ रही है अगला पार्ट कदों आ रहा है भाई। असं भी सगों हरेक वीडियो के मगर टाइमिंग पाने गए हरेक पार्ट के पिछों पिछले मीनस के पहले पार्ट के पिछले नहीं पाई थी बाकी पार्ट के पिछले हरेक टाइमिंग आ रही है कि हाँ अगला पार्ट कदों आ रहा है किन्ने तरीक को आ रहा है। सो भी सानू मतलब कि भी यह गल पुछण बारे ना फोन मतलब कि घट करा करो यार, अभी भी आके जाने गए जो दिन से आपको घट्टो घट्ट 20-30 फोन आ गए भी हाँ जी अगली वीडियो कदों अगली वीडियो कदों होगी, फिर बंदा थोड़ा जहाँ पता है भाई। तो बाकी जी सूँ आप वो चिंता कि सगों थोड़े ना भी हाँ जी भी चैनल से सगों कोई नवी चीज़ बना के पाइए छे तो छे की पाइए। हाँ जी एक होर गल तो कई भीर कहते हैं भी थोड़ी वीडियो आ रही है वीडियो नहीं आ रही बहुत टाइम तो भाई जी वो दिक्कत है क्योंकि अपनी वीडियो मीनस के कई बंद तक पहुँचती नहीं हैगी। जे तुम ये वीडियो मीनस के पहली बार देख रहे हो पार्ट मीनस के पहले पार्ट नहीं देखे तो भी चैनल खोल के वेखो अपना अपने चैनल उत्ते सारी वीडियो पई ने गई जी अपने चैनल दुग्गा प्रोडक्शन वो तो सबसक्राइब करो इनू शेयर करो सपोर्ट करो जी अपनी स्टोरी वीडियो में मैनशन कराया करो लिंक पाए करो वीरे। तो जी अगे बहुत सोहने सोहने कंसैप्ट आ रहे हैं गे फनी वीडियो आ रही है तो होर भी सीरीज़ आ रही है सिंगल मीनस के वीडियो भी आ रहे हैं बई थोड़ा बहुत पसंद होगा जी हम बहुत पसंद होगा हूँ अपने रेल की गड्डी मांगू मीनस के भी मगर वीडियो सीटी जानी ने तो टुट नहीं देनी हूँ दब के रखो काम धन्यवाद जी बहुत बहुत अपने चैनल में इदा ही प्यार देंदे रहो इनू फेसबुक से फॉलो करो तो इंस्टाग्राम से भी अपने दुग्गा प्रोडक्शन से इन वो सपोर्ट करो जी। थैंक यू जी।